ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਆਏ ਹਾਂ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ, ਦਰਬਾਰ ਸਾਹਿਬ 'ਚ ਹਾਜ਼ਰ ਹੋਏ ਹਾਂ ਸ਼ੁਕਰਾਨਾ ਕਰਨ ਦੇ ਵਾਸਤੇ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਮਾਣ ਬਖਸ਼ਿਸ਼ ਕੀਤਾ ਹੈ, ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਹੈ। ਮੈਂਬਰ ਪਾਰਲੀਮੈਂਟ ਬਣਾਉਣ ਦਾ ਜਿਹੜਾ ਉਹਨਾਂ ਨੇ ਇੱਕ ਕਹਿ ਲਓ ਕਿ ਮੈਨੂੰ ਮੌਕਾ ਦਿੱਤਾ ਹੈਗਾ ਕਿ ਮੈਂ ਦੇਸ਼ ਦੇ ਸਭ ਤੋਂ ਉੱਚੇ ਸਦਨ ਦੇ ਵਿੱਚ ਜਾ ਕੇ ਆਪਣਾ ਵਿਚਾਰ ਪੇਸ਼ ਕਰ ਸਕਾਂ, ਆਪਣੇ ਇਸ ਖੇਤਰ ਦਾ, ਐਜੂਕੇਸ਼ਨ ਦਾ ਜੋ ਮੇਰਾ ਫੀਲਡ ਹੈ ਉਸ ਦੇ ਬਾਰੇ ਮੈਂ ਗੱਲ ਕਰ ਸਕਾਂ। ਦੇਸ਼ ਦੇ ਵਿੱਚ ਸਦਭਾਵਨਾ ਔਰ ਗੁਰੂ ਸਾਹਿਬ ਦੇ ਜਿਹੜਾ ਸਾਡਾ ਵਿਚਾਰਧਾਰਾ ਹੈ ਸਰਬੱਤ ਦੇ ਭਲੇ ਦੀ ਗੱਲ ਕਰ ਸਕਾਂ। ਤੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ, ਮੈਂ ਬਹੁਤ ਨਿਮਾਣਾ ਹੈਗਾ, ਬਹੁਤ ਸਧਾਰਨ ਘਰ ਤੋਂ ਚੱਲ ਕੇ ਇੱਕ ਐਜੂਕੇਸ਼ਨ ਦੀ ਸੇਵਾ ਕਰਦਿਆਂ ਮੈਨੂੰ ਇਹ ਮੌਕਾ ਮਿਲਿਆ ਦੇਸ਼ ਦੀ ਸੇਵਾ ਕਰਨ ਦਾ, ਔਰ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਹਾਂ। ਨਹੀਂ, ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਾਂਗਾ, ਮੈਂ ਕਿਉਂਕਿ ਮੈਂ ਸਿਰਫ ਇੱਕ ਹੀ ਮੇਰਾ ਮਕਸਦ ਹੈ, ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਿਵਾਉਣਾ, ਆਸ਼ੀਰਵਾਦ ਲੈਣਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਮੈਂ ਦੇਸ਼ ਅਤੇ ਕੌਮ ਦੀ ਸੇਵਾ ਦੇ ਵਾਸਤੇ ਆਪਣਾ ਜਿਹੜਾ ਫਰਜ਼ ਹੈ ਜਿਹੜਾ ਮੈਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸੌਂਪਿਆ ਉਸ ਨੂੰ ਪੂਰਾ ਕਰ ਸਕਾਂ। ਨਸ਼ੇ ਤਾਂ ਪੂਰੀ ਦੁਨੀਆ ਵਿੱਚ ਹੈਗੇ ਨੇ, ਲੇਕਿਨ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਮੱਥੇ 'ਤੇ ਇੱਕ, ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਦਾਗ ਲੱਗਿਆ ਹੈਗਾ ਨਸ਼ਿਆਂ ਦਾ, ਔਰ ਨਸ਼ੇ ਖਤਮ ਕਰਨ ਵਾਸਤੇ ਸਾਡਾ ਸਾਰਾ ਸਮਾਜ ਹੀ ਚਿੰਤਤ ਹੈਗਾ, ਔਰ ਮੈਂ ਇਹਨੂੰ ਇੱਕ ਸਮਾਜਿਕ ਸਮੱਸਿਆ ਦੇ ਤੌਰ 'ਤੇ ਦੇਖਦਾ। ਔਰ ਇਹ ਗੱਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ, ਔਰ ਉਹਨਾਂ ਦਾ ਆਦੇਸ਼ ਵੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਾਸਤੇ ਇੱਕ ਮੁਹਿੰਮ ਜਿਹੜੀ ਆ, ਨਸ਼ੇ ਦੀ ਰੋਕਥਾਮ ਵਾਸਤੇ ਜਾਗਰੂਕਤਾ ਮੁਹਿੰਮ ਵੀ ਔਰ ਸਮਾਜ ਨੂੰ ਇਕਜੁੱਟ ਕਰਨ ਦੀ ਮੁਹਿੰਮ ਵੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਜਾਵੇ। ਅਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਸਾਰੀਆਂ ਹੀ ਜਿਹੜੀਆਂ ਇਹ ਨੌਨ ਪੋਲੀਟੀਕਲ ਪਲੇਟਫਾਰਮ 'ਤੇ ਅਸੀਂ ਨਸ਼ਿਆਂ ਦੇ ਖਿਲਾਫ ਕੋਈ ਇੱਥੇ ਮੁਹਿੰਮ ਸ਼ੁਰੂ ਕਰ ਸਕੀਏ, ਉਸ ਦੇ ਵਾਸਤੇ ਕੋਸ਼ਿਸ਼ ਕਰਾਂਗੇ। ਦਾਅਵੇ ਕਰ ਰਹੀ ਸੀ ਕਿ ਜਿਹੜੇ ਦਾਅਵੇ ਕਿਤੇ ਨਾ ਕਿਤੇ ਦਿਖਦੇ ਆ ਵੀ ਫੇਲ ਹੁੰਦੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਕੋਈ ਵੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ, ਮੇਰਾ ਅੱਜ ਦਾ ਮਕਸਦ ਸਿਰਫ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣਾ ਹੈ, ਗੁਰੂ ਦਾ ਸ਼ੁਕਰਾਨਾ ਕਰਨਾ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਇੱਕ ਨਿਮਾਣੇ ਪੰਜਾਬੀ ਨੂੰ, ਇੱਕ ਨਿਮਾਣੇ ਸਿੱਖ ਨੂੰ ਇਹ ਮਾਣ ਮਿਲਿਆ ਹੈਗਾ ਦੇਸ਼ ਦੇ ਸਦਨ ਦੇ ਵਿੱਚ। ਇਲੈਕਸ਼ਨ ਲੜ ਕੇ ਸਾਡੇ ਬਹੁਤ ਸਾਰੇ ਨੁਮਾਇੰਦੇ ਜਾਂਦੇ ਆ, ਲੇਕਿਨ ਇੱਕ ਨਿਮਾਣੇ ਸਿੱਖ ਦੀ ਨਾਮਜ਼ਦਗੀ ਹੋਣੀ ਦੇਸ਼ ਦੇ ਸੰਸਦ ਦੇ ਵਿੱਚ, ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਇੱਕ ਪਿਆਰ ਹੈ ਜਿਹੜਾ ਉਹਨਾਂ ਦੀ ਇੱਕ ਕਹਿ ਲਓ ਕਿ ਉਹ ਉਹਨਾਂ ਦੇ ਦਿਲ ਦੇ ਵਿੱਚ ਇੱਕ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ ਜਗ੍ਹਾ। ਮੈਂ ਇਹ ਦਸਤਾਰ ਸਜਾਈ ਹੋਈ ਆ, ਮੈਂ ਸਮਝਦਾ ਕਿ ਇਹ ਦਸਤਾਰ ਨੂੰ ਮਾਣ ਮਿਲਿਆ, ਇਹ ਪੰਜਾਬ ਨੂੰ ਮਾਣ ਮਿਲਿਆ, ਇਹ ਪੰਜਾਬ ਦੇ ਐਜੂਕੇਸ਼ਨ ਸੈਕਟਰ ਜਿਹੜਾ ਹੈਗਾ ਜਿੱਥੇ ਅਸੀਂ ਸੇਵਾ ਕਰਦੇ ਸੀ ਉਹਨੂੰ ਮਾਣ ਮਿਲਿਆ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।